ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸ਼੍ਰੀਮਤੀ ਬਿਮਲਾ ਕੌਰ ਜੀ, ਸ਼੍ਰੀਮਤੀ ਬਿਮਲਾ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦਾ ਸਮੁੱਚਾ ਪਰਿਵਾਰ ਸੰਸਕਾਰੀ ਹੈ, ਮਿੱਠ ਬੋਲਣਾ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸ਼੍ਰੀਮਤੀ ਬਿਮਲਾ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਤਲੁਜ ਪੈਲੇਸ ਹਰੀਕੇ ਪੱਤਣ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਪ ਜੋਨ
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬੀਬੀ ਬਿਮਲ ਕੌਰ ਜੀ ਬਹੁਤ ਹੀ ਵੱਡੇ ਪਰਿਵਾਰ ਦੇ ਵਿਸ਼ੰਦੇ ਸਨ। ਇਹ ਜਿਹੜਾ ਪਰਿਵਾਰ ਆ ਠੇਕੇਦਾਰਾਂ ਦਾ ਪਰਿਵਾਰ, ਸਰਦਾਰ ਕਾਬਲ ਸਿੰਘ ਜੀ ਠੇਕੇਦਾਰ ਸਾਹਿਬ ਦਾ, ਅਤੇ ਸਾਰੇ ਇਲਾਕੇ 'ਚ ਮਸ਼ਹੂਰ ਪਰਿਵਾਰ ਅਤੇ ਇਹਨਾਂ ਦੀ ਮਿਸਾਲ ਦਿੰਦੇ ਲੋਕ ਵੀ ਇਸ ਪਰਿਵਾਰ ਦਾ ਪਿਆਰ ਅਤੇ ਸਪਾਕ ਮੰਨਣਯੋਗ ਆ, ਬਹੁਤ ਹੀ ਨਿਮਰਤਾ ਵਾਲਾ ਅਤੇ ਬਹੁਤ ਹੀ ਪਿਆਰ ਵਾਲਾ ਇਹਨਾਂ ਦਾ ਸੁਭਾਅ ਆ। ਮੈਂ ਵੀ ਸਰਦਾਰ ਕਾਬਲ ਸਿੰਘ ਹੋਣਾ ਨੂੰ ਪਿਛਲੇ ਕਾਫੀ ਸਮੇਂ ਤੋਂ ਮਿਲਦਾ ਜਾਣਦਾ। ਇਹਨਾਂ ਨੂੰ ਜਿਹੜਾ ਇਨਸਾਨ ਇੱਕ ਵਾਰ ਮਿਲ ਲੈਂਦਾ ਉਹ ਮੁੜ ਕੇ ਇਹਨਾਂ ਨੂੰ ਭੁੱਲ ਨਹੀਂ ਸਕਦਾ। ਇਹ ਪਰਿਵਾਰਾਂ ਦਾ ਆਪਣਾ ਅਸੂਲ ਹੁੰਦਾ ਵੀ ਉਹ ਕਿਸ ਤਰ੍ਹਾਂ ਵਿਚਰਦੇ ਆ। ਮੇਰਾ ਛੋਟਾ ਵੀਰ ਬਲਵਿੰਦਰ ਸਿੰਘ, ਉਹਨਾਂ ਦੇ ਅਤੇ ਬੀਬੀ ਬਿਮਲ ਕੌਰ ਜੀ ਸੱਸ ਮਾਤਾ ਸੀਗੇ, ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਇਸ ਗੱਲ ਦਾ। ਸਰ ਕਾਬਲ ਸਿੰਘ ਦੀ ਇਹੋ ਜਿਹੀ ਸ਼ਖਸੀਅਤ ਆ, ਜਦੋਂ ਇੱਕ ਵਾਰੀ ਇਹਨਾਂ ਨੂੰ ਮਿਲ ਲਈ ਮੁੜ ਕੇ ਤੁਸੀਂ ਇਹਨਾਂ ਤੋਂ ਮਿਲੇ ਤੋਂ ਬਗੈਰ ਰਹਿ ਨਹੀਂ ਸਕਦੇ। ਜੇ ਅਸੀਂ ਕਿਸੇ ਬੰਨੇ ਵੀ ਜਾਣਾ ਹੋਵੇ ਹਰੀ ਜਾਂ ਤੋਂ ਅੱਗੇ ਤੁਸੀਂ ਇਹਨਾਂ ਨੂੰ ਮਿਲ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਪਰਿਵਾਰ ਦਾ ਇੱਦਾਂ ਕੁ ਇਲਾਕੇ ਦੇ ਵਿੱਚ, ਮੈਂ ਦੁਆਬੇ 'ਚ ਵੀ ਜਾਣਦਾ ਸਰ ਕਾਬਲ ਸਿੰਘ ਨਾਲ ਸਮਾਂ ਮਿਲਿਆ, ਮਾਲਵੇ 'ਚ ਵੀ। ਸੋ ਇਹਨਾਂ ਦੀ ਬਾਹਰ ਵੀ ਮਾਲਵੇ ਦੁਆਬੇ 'ਚ ਵੀ ਇਹਨਾਂ ਦੀ ਵਾਕਫੀ ਅਤੇ ਪਰਿਵਾਰ ਦੀ ਕਾਰੋਬਾਰ ਦੇ ਸੰਬੰਧ 'ਚ ਵੀ ਅਤੇ ਇਹਨਾਂ ਦੇ ਪਿਆਰ ਦੇ ਸੰਬੰਧ 'ਚ ਵੀ। ਸੋ ਰਹੀ ਗੱਲ ਸਾਡੇ ਭੈਣ ਜੀ ਦੇ ਜਾਣ ਦੀ, ਭੈਣ ਜੀ ਦੇ ਜਾਣ ਦੇ ਨਾਲ ਇਸ ਪਰਿਵਾਰ ਨੂੰ ਮੈਂ ਵੇਖਿਆ ਸਰ ਜਿਹੜੇ ਸਾਂਝੇ ਪਰਿਵਾਰ ਆ ਉਹਨਾਂ ਦੇ ਵਿੱਚ ਜਿਹੜੀ ਵੱਡੀ ਨਹੁੰ ਆ ਰਹੀ ਹੈ, ਜਿਹੋ ਜਿਹਾ ਘਰ ਦਾ ਮਾਹੌਲ ਉਹ ਸਿਰਜਦੇ ਉਹੋ ਜਿਹੇ ਬਣ ਜਾਂਦਾ। ਸੋ ਇਹ ਭੈਣ ਜੀ ਦੀ ਸਾਰੇ ਪਰਿਵਾਰ ਨੂੰ ਦੇਣ ਸੀ। ਇਹ ਸਾਂਝੇ ਪਰਿਵਾਰ ਜਿਹੜੇ ਆ ਜਿਹੜੀਆਂ ਲੀਆਂ ਪਾ ਜਾਂਦੀਆਂ ਵੱਡੀਆਂ ਨਹੁੰਆਂ ਉਹ ਹੀ ਪੈਂਦੀਆਂ ਜਿਹਨਾਂ ਦੇ ਪਰਿਵਾਰ ਸਾਂਝੇ ਆ ਉਹ ਇੱਕ ਜਿਹੜੀ ਸੀ ਜਿਹੜੀ ਸਭ ਤੋਂ ਵੱਡੀ ਨਹੁੰ ਜੋ ਘਰ 'ਚ ਹਾਲਾਤ ਬਣਾ ਦੇ ਉਹੀ ਬਣ ਜਾਂਦੇ। ਸੋ ਇਹ ਭੈਣ ਜੀ ਦੀ ਸਾਰੇ ਪਰਿਵਾਰ ਨੂੰ ਦੇਣ ਸੀ। ਅਤੇ ਪੁਰਾਣਾ ਬਚਪਨ ਯਾਦ ਆ ਗਿਆ ਸਰ ਕਾਬਲ ਸਿੰਘ ਦਾ, ਜਿਹਾ ਨਹੀਂ ਪਿਆ ਸੀ ਅਤੇ ਕੋਟੀ ਸਿਖਾ ਮੇਰੇ ਨਾਨਕੇ ਸੀ ਅਤੇ ਮੇਰਾ ਆਪ ਉੱਥੇ ਜਾਣਾ ਹੁੰਦਾ ਸੀ, ਬਹੁਤ ਚਾਅ ਹੁੰਦਾ ਸੀ ਮੈਂ ਕੋਟੀ ਸਿਖਾ ਜਾਣਾ। ਅਤੇ ਭੈਣ ਜੀ ਵੀ ਉੱਥੇ ਸਾਡੇ ਰਿਸ਼ਤੇਦਾਰ 'ਚ ਮਾਸੀ ਜੀ ਰੱਖ ਕਰਦਾ ਅਤੇ ਲਾਲ ਰੰਜਨ ਦਾਸ ਜੀ ਇਹਨਾਂ ਦੇ ਪਿਤਾ ਜੀ ਸਨ ਅਤੇ ਉਹਨਾਂ ਦਾ ਸੁਭਾਅ ਬਹੁਤ ਹੀ ਪਿੱਠ ਪੁੱਲਣਾ ਸੀ ਅਤੇ ਜਦੋਂ ਵੀ ਕਿਤੇ ਕੋਈ ਫੰਕਸ਼ਨ ਹੋਣਾ, ਕੋਈ ਵਿਆਹ ਸ਼ਾਦੀ ਹੋਣੀ ਅਤੇ ਉੱਥੇ ਜਾਣਾ ਅਤੇ ਉਹਨਾਂ ਦੀ ਇਹ ਗੁਣ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ, ਜਿਹਦੇ ਕਰਕੇ ਮੈਂ ਇੱਥੇ ਖੜਾ ਹੋਇਆ ਆ, ਉਹ ਇਹ ਸੀ ਕਿ ਉਹਨਾਂ ਨੇ ਉਹਨਾਂ ਚਿਰ ਆਪਣੇ ਰਾਤ ਵੇਲੇ ਬੈਠ ਕੇ ਨਹੀਂ ਜਾਣਾ ਜਿੰਨਾ ਚਿਰ ਇਹ ਕਨਫਰਮ ਨਹੀਂ ਕਰ ਲੈਣਾ, ਪੱਕੀ ਤੌਰ ਉਹ ਵਿਸ਼ਵਾਸ ਨਹੀਂ ਹੋ ਜਾਣਾ ਕਿ ਸਾਰੇ ਜਾਣੇ ਜਿੰਨੇ ਪਰਿਵਾਰ ਦੇ ਮੈਂਬਰ ਆਏ ਆ ਰਿਸ਼ਤੇਦਾਰ ਉਹ ਆਪਣੇ ਆਪਣੇ ਉਹਨਾਂ ਨੂੰ ਜਗ੍ਹਾ ਮਿਲ ਗਈ ਆ, ਰਿਸ਼ਤੇ ਮਿਲ ਗਏ, ਸੌਂਗਾ ਖਾਣਾ ਖਾਧਾ, ਹਰ ਇੱਕ ਨੂੰ ਪੁੱਛ ਕੇ। ਸਰਦਾਰ ਕਾਬਲ ਸਿੰਘ ਜੀ ਬਾਰੇ ਦੱਸਿਆ ਹੈ ਕਿ ਜਦੋਂ ਵੀ ਕੋਈ ਇਨਸਾਨ ਉਹਨਾਂ ਨੂੰ ਮਿਲ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਹਦੀ ਖਾਹਿਸ਼ ਹੁੰਦੀ ਕਿ ਸਰ ਸਰਦਾਰ ਕਾਬਲ ਸਿੰਘ ਜੀ ਨੂੰ ਫਿਰ ਜਲਦੀ ਮਿਲਿਆ ਜਾਵੇ, ਕਿਉਂਕਿ ਖਵਾਸਪੁਰ ਦਾ ਇੱਕ ਖੋਖਰ ਪਰਿਵਾਰ ਔਰ ਚੋਲਾ ਸਾਹਿਬ ਦੇ ਸਰਦਾਰ ਦਵਿੰਦਰ ਸਿੰਘ ਜੀ ਬਿੱਟੂ ਸਾਬਕਾ ਸਰਪੰਚ ਜਿਹੜੇ ਉਹਨਾਂ ਦੇ ਪਰਿਵਾਰਾਂ ਨਾਲ ਇਹਨਾਂ ਦੀ ਨਜ਼ਦੀਕੀ ਰਿਸ਼ਤੇਦਾਰੀ ਹੈ ਅਤੇ ਜਦੋਂ ਵੀ ਕੋਈ ਸਮਾਗਮ ਹੋਣਾ ਉਹ ਸਮਾਗਮ ਦੇ ਵਿੱਚ ਇਕੱਤਰ ਹੋਣਾ। ਬੀਬੀ ਬਿਮਲ ਕੌਰ ਜੀ ਬਾਰੇ ਦੱਸਿਆ ਹੈ ਕਿ ਜੇ ਸਾਰੇ ਪਰਿਵਾਰ ਨੂੰ ਇਕੱਠਾ ਰੱਖਿਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਜੇ ਬੱਚਿਆਂ ਨੇ ਤਰੱਕੀ ਕੀਤੀ ਹੈ ਅਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸਰਦਾਰ ਕਾਬਲ ਸਿੰਘ ਜੀ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਨਾਮ ਕਮਾਇਆ, ਬਹੁਤ ਵਧੀਆ ਕਾਰੋਬਾਰ ਹੈ ਅਤੇ ਸੱਜਣਾ ਅਤੇ ਸੱਜਣਾ ਹੈ। ਜਿਵੇਂ ਕਿਹਾ ਜਾਂਦਾ ਕਿ ਜਦੋਂ ਕੋਈ ਮਨੁੱਖ ਤਰੱਕੀ ਕਰਦਾ ਤੇ ਉਹਦੇ ਤਰੱਕੀ ਦੇ ਪਿੱਛੇ ਔਰਤ ਦਾ ਹੱਥ ਹੈ, ਉਹ ਬੀਬੀ ਬਿਮਲ ਕੌਰ ਜੀ ਦਾ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ
ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ, ਉਹਦੇ ਨਾਲ ਨਾਲ ਆਪਣੇ ਪਤੀ ਦਾ ਸਾਥ ਦੇ ਕੇ ਪਤੀ ਨੂੰ ਸਮਾਜ ਦੇ ਵਿੱਚ ਮੋਹਰੀ ਹੋ ਕੇ ਚੱਲਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਬਹੁਤ ਸਾਰੇ ਬੁਲਾੜੇ ਸਾਹਿਬ ਕਹਿ ਰਹੇ ਸਨ, ਅੱਜ ਬੜੀ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਦਾਸ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ੍ਰੀ ਫਤਿਹਗੜ੍ਹ ਸਾਹਿਬ ਦਾਸ ਉੱਥੋਂ ਦਾ ਚੇਅਰਮੈਨ ਹੈ, ਪਰਿਵਾਰਕ ਮੈਂਬਰ ਹੈ। ਇਸ ਪਰਿਵਾਰ ਨੂੰ ਨੇੜੇ ਹੋ ਕੇ ਵੇਖਣ ਦਾ ਮੌਕਾ ਮਿਲਿਆ। ਜਿਵੇਂ ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਕਿਆ ਜਾਣਾ ਕਿ ਵੋ ਮਰੇਗੇ ਕੈਸਾ ਮਰਨਾ ਹੋਏ। ਅਸਲ ਦੇ ਵਿੱਚ ਬੰਦੇ ਦੀ ਸਵਾਸ ਪੂਰੇ ਕਦੋਂ ਹੋ ਜਾਣੇ ਨੇ ਇਸ ਗੱਲ ਦਾ ਸਾਨੂੰ ਇਲਮ ਨਹੀਂ। ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਔਰ ਸਾਰੇ ਕੁਝ ਇੱਕ ਜ਼ਿੰਮੇਵਾਰੀ ਆਪਣੀ ਲਈ ਸੀ ਕਿ ਉਸ ਬੱਚੀ ਦੀ ਸ਼ਾਦੀ ਆਪ ਕਰਨੀ ਹੈ। ਭੈਣ ਜੀ ਬਿਮਾਰ ਹੋਣ ਦੇ ਬਾਵਜੂਦ ਕਪੂਰਥਲੇ ਗਏ, ਪਰ ਇਹ ਨਹੀਂ ਸੀ ਪਤਾ ਕਿ ਅਗਲੇ ਦਿਨ ਦਾ ਜਿਹੜਾ ਸਮਾਗਮ ਆ ਨਹੀਂ ਵੇਖਿਆ ਜਾਣਾ। ਜਿਵੇਂ ਗੁਰਬਾਣੀ ਕਹਿੰਦੀ ਨੇ ਕਿ ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਤ ਨਾ ਜਾਣ। ਇਸ ਕਰਕੇ ਪਰਮਾਤਮਾ ਦੀ ਖੇਡ ਹੈ ਕਿ ਜਿੰਨਾ ਸਬੱਬ ਬਣਿਆ ਸੀ, ਜਿੰਨੇ ਸੰਬੰਧ ਬਣੇ ਸਨ, ਜਿੰਨੀ ਦੇਰ ਭੈਣ ਜੀ ਨੇ ਇਸ ਘਰ ਵਿੱਚ ਰਹਿਣਾ ਸੀ, ਜਿੰਨੀ ਦੇਰ ਇਸ ਘਰ ਨੂੰ ਸਵਾਰਨਾ ਸੀ, ਸਜਾਉਣਾ ਸੀ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਖੂਬ ਨਿਭਾਈ ਹੈ। ਔਰ ਇਸ ਦੁੱਖ ਦੀ ਘੜੀ 'ਤੇ ਤੁਸੀਂ ਜਿੰਨੇ ਵੀ ਆਏ ਹੋ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਹੈ। ਤੁਹਾਡਾ ਇੱਕ ਇੱਕ ਕਦਮ ਜਿਹੜਾ ਹੈ ਉਹ ਸਰਦਾਰ ਕਾਬਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਵੇਗਾ, ਉਹਨਾਂ ਦੀ ਹੌਸਲਾ ਅਫਜਾਈ ਕਰੇਗਾ। ਮੈਂ ਆਪਣੇ ਵੱਲੋਂ, ਸਾਰੀ ਸਰਕਾਰ ਵੱਲੋਂ, ਕਿਉਂਕਿ ਮੇਰੇ ਬੜੇ ਪਰਮ ਪਿਆਰੇ ਮਿੱਤਰ ਨੇ, ਮੈਨੂੰ ਬੜੀ ਖੁਸ਼ੀ ਅਤੇ ਮਾਣ ਹੈ ਕਿ ਮੈਨੂੰ ਇਹੋ ਜਿਹੇ ਦੋਸਤਾਂ ਦਾ ਨਿੱਘ ਅਤੇ ਪਿਆਰ ਮਿਲਿਆ। ਮੈਂ ਆਪਣੇ ਵੱਲੋਂ ਔਰ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਖਿਮਤ ਜਾ ਚੁੱਕਿਆ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।